ਹਾਂਜੀ ਦੋਸਤੋ ਤੁਹਾਡੇ ਬਹੁਤ ਸਾਰੇ ਕਮੈਂਟ ਆ ਰਹੇ ਨੇ ਕਿ ਕੱਲ ਤੋਂ ਯਾਨੀ ਕਿ ਨਵੇਂ ਸਾਲ ਵਾਲੇ ਦਿਨ 1 ਜਨਵਰੀ 2024 ਤੋਂ ਸਕੂਲ ਪੰਜਾਬ ਵਿੱਚ ਖੁੱਲਣਗੇ ਕ ਜਾਫਰ ਬੰਦ ਰਹਿਣਗੇ ਹਾਂਜੀ ਦੋਸਤੋ ਠੰਡ ਨੂੰ ਲੈ ਕੇ ਕੀ ਪੰਜਾਬ ਸਰਕਾਰ ਨੇ ਹਾਲੇ ਤੱਕ ਕੋਈ ਐਦਾਂ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਕੀਤਾ ਕ ਜਾਫਰ ਨਹੀਂ ਕੀਤਾ ਉਹ ਦੋਸਤੋ ਸਾਰੀ ਡਿਟੇਲ ਵਿੱਚ ਗੱਲ ਕਰਾਂਗੇ ਅਗੇ ਵੀਡੀਓ ਨੂੰ ਪੂਰੀ ਦੇਖ ਕੇ ਜਰੂਰ ਜਾਣਾ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਡਿਟੇਲ ਵਿੱਚ ਸਾਰੀ ਗੱਲਬਾਤ ਅੱਗੇ ਕਰਦੇ ਆਪਾਂ ਕਿ ਕੱਲੋਂ ਤੋਂ ਤੁਹਾਡੇ ਸਕੂਲ ਖੁੱਲਣਗੇ ਜਾਫਰ ਲੱਗਣਗੇ ਪਹਿਲਾਂ ਤਾਂ ਦੋਸਤੋ ਆਪਾਂ ਤੁਹਾਨੂੰ ਇੱਕ ਲਾਈਵ ਤਸਵੀਰ ਦਿਖਾ ਦਨੇ ਆ ਪੰਜਾਬ ਦੀ ਸੈਟਲਾਈਟ ਤੋਂ ਕੀ ਪੰਜਾਬ ਦਾ ਮੌਸਮ ਕਿਦਾਂ ਦਾ ਹੋਣਾ ਹੈ ਇਸ ਵੇਲੇ ਹਾਂਜੀ ਦੋਸਤੋ ਜਿਵੇਂ ਤੁਸੀਂ ਦੇਖ ਸਕਦੇ ਹੋ ਹਰਿਆਣੇ ਚ ਦਾ ਸਾਰੇ ਹਰਿਆਣੇ ਵਿੱਚ ਧੁੰਦ ਛਾਈ ਹੋਈ ਹੈ ਬਿਲਕੁਲ ਵੀ ਧੁੱਪ ਨਹੀਂ ਨਿਕਲੀ ਹੋਈ ਅਤੇ ਪੰਜਾਬ ਵਿੱਚ ਵੀ ਅੱਧੇ ਪੰਜਾਬ ਚ ਧੁੰਦ ਛਾਈ ਹੋਈ ਹੈ ਤੇ ਅੱਧੇ ਪੰਜਾਬ ਵਿੱਚ ਦੋਸਤੋ ਥੋੜੀ-ਮੋਟੀ ਬੱਦਲਵਾਈ ਹੈ ਅਤੇ ਕਈ ਹਿੱਸਿਆਂ ਚ ਤਾਂ ਥੋੜੀ-ਮੋਟੀ ਧੁੱਪੋ ਵੀ ਨਿਕਲੀ ਹੋਈ ਹੈ ਪਰ ਦੋਸਤੋ ਹੁਣ ਦੇਖਣਾ ਇਹ ਹੈ ਕੀ ਕੜਾਕੇਦਾਰ ਠੰਡ ਤਾਂ ਪੈ ਹੀ ਰਹੀ ਹੈ ਇਸ ਕਰਕੇ ਕੱਲ ਤੋਂ ਛੁੱਟੀਆਂ ਹੋਣਗੀਆਂ ਜਾਂ ਫਿਰ ਨਹੀਂ ਅੱਗੇ ਗੱਲਬਾਤ ਕਰਾਂਗੇ ਅਤੇ ਦੋਸਤੋ ਇੱਕ ਕਰੋਨਾ ਦੀ ਵੀ ਖਬਰ ਆ ਰਹੀ ਹੈ ਕਿ ਕਰੋਨਾ ਦੇ ਮਰੀਜ਼ ਦੁਬਾਰਾ ਆਉਣੇ ਸ਼ੁਰੂ ਹੋਗੇ ਪੰਜਾਬ 'ਚ ਸਾਰੇ ਭਾਰਤ 'ਚ ਕੀ ਕੱਲ ਤੋਂ ਸਕੂਲ ਬੰਦ ਰਹਿਣਗੇ ਜਾਂ ਖੋਲਣਗੇ ਉਹ ਗੱਲਬਾਤ ਕਰਦੇ ਆਪਾਂ ਅਤੇ ਤੁਸੀਂ ਇੱਕ ਵਾਰ ਇੰਡੀਆ ਦਾ ਪੂਰੇ ਇੰਡੀਆ ਦਾ ਮੈਪ ਵੀ ਦੇਖ ਸਕਦੇ ਹੋ ਇੱਕ ਵਾਰ ਸੈਟਲਾਈਟ ਤੋਂ ਲਾਈਵ ਤਸਵੀਰਾਂ ਨੇ ਇਹ ਪੂਰੇ ਪੰਜਾਬ ਹਰਿਆਣਾ ਇਧਰ-ਇਧਰ ਦੋਸਤੋਂ ਤੁਹਾਨੂੰ ਦਿਖਾਈ ਹੋਈ ਹੈ ਬਾਕੀ ਇੰਡੀਆ ਵਿੱਚ ਧੁੱਪ ਨਿਕਲੀ ਹੋਈ ਹੈ ਤੁਸੀਂ ਲਾਈਵ ਦੇਖ ਸਕਦੇ ਹੋ ਇੱਕ ਵਾਰ ਇੱਕ ਦੋਸਤੋਂ ਆਪਾਂ ਤੁਹਾਨੂੰ ਕਿਹਾ ਸੀ ਕਿ ਜੇਕਰ ਤੁਸੀਂ ਕਮੈਂਟ ਕਰੋਗੇ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਜਿਹਦੇ ਜ਼ਿਆਦਾ ਕਮੈਂਟ ਤੇ ਲਾਈਕ ਹੋਣਗੇ ਉਹ ਕਮੈਂਟ ਆਪਾਂ ਇਸ ਵੀਡੀਓ ਵਿੱਚ ਲਾਈਵ ਦਿਖਾਣੇ ਇੱਕ ਵਾਰ ਸਕਰੀਨਸ਼ਾਟ ਫਿਚਰ ਕੇ ਆਪਾਂ ਨੇ ਵੀ ਉਸ ਤੇ ਕਿੰਨੇ ਲਾਈਕ ਆਏ ਨੇ ਤੇ ਤੁਹਾਡੀ ਕੀ رائے ਸੀ ਉਸ ਕਮੈਂਟ ਵਿੱਚ ਇੱਕ ਕਮੈਂਟ ਕਰਿਆ ਸੀਗਾ ਯੂਜ਼ਰ ਵਾਈਜ਼ ਐਡ 3ZB8PU8S ਇਸ ਵਿੱਚ ਦੋਸਤੋ ਇਹਨਾਂ ਨੇ ਲਿਖਿਆ ਹੈ ਕਿ ਠੰਡ 10ਵੀਂ ਅਤੇ 12ਵੀਂ ਜਮਾਤ ਵਾਲਿਆਂ ਵਿਦਿਆਰਥੀਆਂ ਨੂੰ ਵੀ ਲੱਗਦੀ ਹੈ ਸੋ ਜੇਕਰ ਛੁੱਟੀਆਂ ਹੁੰਦੀਆਂ ਹਨ ਤਾਂ ਫਿਰ ਸਾਰਿਆਂ ਨੂੰ ਹੀ ਹੋਣੀ ਚਾਹੀਦੀਆਂ ਨੇ ਆਨਲਾਈਨ ਕਲਾਸ ਲਗਾ ਸਕਦੇ ਹਨ ਇਹਨਾਂ ਨੇ ਕਿਹਾ ਵੀ ਛੁੱਟੀਆਂ ਹੋਣ ਤਾਂ ਫਿਰ ਸਾਰੀਆਂ ਜਮਾਤਾਂ ਨੂੰ ਹੋਣ ਪਿਛਲੀ ਵੀਡੀਓ ਵਿੱਚ ਆਪਾਂ ਕਿਹਾ ਸੀਗਾ ਕਿ ਬੋਰਡ ਦੀਆਂ ਜਮਾਤਾਂ ਸ਼ਾਇਦ ਲੱਗਣ ਸਕੂਲ ਕਿਉਂਕਿ ਉਹਨਾਂ ਦੀ ਪੜ੍ਹਾਈ ਜ਼ਿਆਦਾ ਜ਼ਰੂਰੀ ਹੈ ਬੋਰਡ ਦੀ ਜਮਾਤਾਂ ਦੀ ਵੀ ਉਹਨਾਂ ਦੇ ਬੋਰਡ ਦੇ ਪੇਪਰ ਹੋਣੇ ਨੇ ਉਸ ਦੀ ਤਿਆਰੀ ਲਈ ਇਸ ਬਾਰੇ ਦੋਸਤੋ ਕਨਫਰਮ ਹਾਲੇ ਤੱਕ ਕੋਈ ਵੀ ਨੋਟੀਫਿਕੇਸ਼ਨ ਨਹੀਂ ਆਇਆ ਇਸ ਲਈ ਦੋਸਤੋ ਆਪਾਂ ਤੁਹਾਨੂੰ ਕਹਿ ਰਹੇ ਹਾਂ ਇੱਕ ਦੋ ਘੰਟੇ ਦੇ ਅੰਦਰ ਅੰਦਰ ਜਾਫਰ ਸ਼ਾਮ ਤੱਕ ਜਾਫਰ ਰਾਤ ਨੂੰ ਵੀ ਕੋਈ ਵੀ ਨੋਟੀਫਿਕੇਸ਼ਨ ਆਉਂਦਾ ਸਭ ਤੋਂ ਪਹਿਲਾਂ ਆਪਾਂ ਵੀਡੀਓ ਪਾ ਦਾਂਗੇ ਤੇ ਤੁਹਾਨੂੰ ਅਪਡੇਟ ਕਰ ਦਾਂਗੇ ਇਸ ਕਰਕੇ ਚੈਨਲ ਨੂੰ ਜੀਬ ਸਬਸਕ੍ਰਾਈਬ ਕਰਕੇ ਨਾਲ ਲਗੀ ਬੈਲ ਆਈਕਨ ਨੂੰ ਘੰਟੀ ਆਲ ਨੋਟੀਫਿਕੇਸ਼ਨ ਸੈੱਟ ਕਰਕੇ ਰੱਖ ਲਓ ਜਦ ਹੀ ਆਪਾਂ ਵੀਡੀਓ ਪਾਈਏ ਉਸ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਇੱਕ ਲਾਈਕ ਕਰਕੇ ਤੇ ਇੱਕ ਦੋਸਤੋ ਕਮੈਂਟ ਕਰਨਾ ਨਾ ਭੁੱਲਣਾ ਤੁਹਾਡੀ رائے ਕੀ ਹੈ ਕਿ ਕੱਲ ਤੋਂ ਛੁੱਟੀਆਂ ਹੋਣੀਆਂ ਚਾਹੀਦੀਆਂ ਨੇ ਜਾਂ ਫਿਰ ਨਹੀਂ ਅਤੇ ਕਿੰਨੀ ਤਰੀਕ ਤੱਕ ਹੋਣੀਆਂ ਚਾਹੀਦੀਆਂ ਨੇ ਹਾਂਜੀ ਦੋਸਤੋ ਤੁਸੀਂ ਹੁਣ ਸੋਚ ਰਹੇ ਹੋਵੋਗੇ ਕਿ ਆਪਾਂ ਨੇ ਥੰਬਨੇ ਤੇ ਲਿਖਿਆ ਸੀਗਾ ਯਾਨ ਕੀੜੀ ਆਪਾਂ ਫੋਟੋ ਲਗਾਈ ਹੈ ਮੂਰੇ ਉਸ ਤੇ ਲਿਖਿਆ ਹੋਇਆ ਹੈ ਕਿ 13 ਜਨਵਰੀ ਤੱਕ ਕੱਲ ਤੋਂ ਛੁੱਟੀਆਂ ਹੋ ਗਈਆਂ ਪਰ ਦੋਸਤੋ ਤੁਸੀਂ ਧਿਆਨ ਨਾਲ ਨਹੀਂ ਦੇਖਿਆ ਉਹ ਤੰਬਲੇ ਨੂੰ ਉਸ ਤੇ ਅੱਗੇ ਦੋਸਤੋ ਆਪਣੇ ਕੁਐਸਚਨ ਮਾਰਕ ਦਾ ਸਾਈਨ ਲਗਾਇਆ ਹੋਇਆ ਤਾਂ ਕਿ ਕੀ ਹੋਈਆਂ ਨੇ ਜਾਂ ਫਿਰ ਨਹੀਂ ਉਹੀ ਤੁਹਾਡਾ ਆਪਾਂ ਨੇ ਡਾਊਟ ਹੈ ਦਾ ਸਵਾਲ ਹੈ ਕਲੀਅਰ ਕਰਨਾ ਸੀ ਇਸ ਵੀਡੀਓ ਵਿੱਚ ਕਿ ਹਾਲ ਤੱਕ ਇਹਦਾ নোਟੀਫਿਕੇਸ਼ਨ ਨਹੀਂ ਆਇਆ ਪਰ ਦੋਸਤੋ ਜਦ ਵੀ ਜਲਦ নোਟੀਫਿਕੇਸ਼ਨ ਆ ਸਕਦਾ ਹੈ ਤੁਹਾਡੇ ਸਕੂਲਾਂ ਵਿੱਚ ਛੁੱਟੀਆਂ ਵਧਾ ਦਿੱਤੀਆਂ ਹਨ ਕਦੇ ਵੀ নোਟੀਫਿਕੇਸ਼ਨ ਆ ਸਕਦਾ ਹੈ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਤੇ ਇੱਕ ਵਾਰੀ ਖਬਰ ਵੀ ਧਿਆਨ ਨਾਲ ਪੜ ਲਿਓ ਦੇਸ਼ 'ਚ ਕਰੋਨਾ ਨੇ ਫੜੀ ਰਫ਼ਤਾਰ ਪਿਛਲੇ 24 ਘੰਟਿਆਂ 'ਚ 841 ਮਾਮਲੇ ਆਏ ਸਾਹਮਣੇ ਬਾਕੀ ਡਿਟੇਲ ਵਿੱਚ ਇਹ ਖਬਰ ਪੜ ਲਿਓ ਕਰੋਨਾ ਕਰਕੇ ਵੀ ਦੋਸਤੋ ਹੋ ਸਕਦਾ ਹੈ ਕਿ ਛੁੱਟੀਆਂ ਕੀਤੀਆਂ ਜਾਣ ਪਰ ਐਦਾਂ ਦਾ ਨਹੀਂ ਹੋਵੇਗਾ ਕਿਉਂਕਿ ਕਰੋਨਾ ਐਨਾ ਨਹੀਂ ਫੈਲਿਆ ਕਿ ਪੰਜਾਬ ਦੇ ਜਾਂ ਫਿਰ ਇੰਡੀਆ ਦੇ ਸਾਰੇ ਸਕੂਲ ਬੰਦ ਕੀਤੇ ਜਾਣ ਪਰ ਦੋਸਤੋ ਠੰਡ ਕਾਰਨ ਜਿਹੜੀਆਂ ਛੁੱਟੀਆਂ ਹੋਣਗੀਆਂ ਇਹ ਤੁਹਾਡੇ ਮਨ 'ਚੋਂ ਸਵਾਲ ਕਰਦੋ ਡਾਊਟ ਕਰਦੋ ਕਿ ਜੇਕਰ ਤੁਹਾਡੇ ਮਨ 'ਚ ਹਲੇ ਵੀ ਕੋਈ ਵਹਿਮ ਹੈ ਕਰਦੋ ਕਿ ਤੁਹਾਡੇ ਪੇਪਰ ਕੈਂਸਲ ਹੋ ਜਾਣਗੇ ਇਹ ਵਹਿਮ ਕਰਦੋ ਅਤੇ ਦੋਸਤੋੜੇ ਪੇਪਰ ਤਾਂ ਹੋਣਗੇ ਹੀ ਹੋਣਗੇ ਉਹ ਵੀ ਆਫਲਾਈਨ ਸਕੂਲਾਂ ਵਿੱਚ ਹੀ ਹੋਣਗੇ ਅਤੇ ਦੋਸਤੋ ਠੰਡ ਕਾਰਨ ਹੋ ਸਕਦਾ ਹੈ ਕਿ ਜਿੱਕਰ ਛੁੱਟੀਆਂ ਹੋਈਆਂ ਵੀ ਤਾਂ ਫਿਰ ਇੱਕ ਹਫਤੇ ਦੀ ਹੋ ਜਾਣਗੀਆਂ ਜਾਂ ਫਿਰ 15 ਦਿਨਾਂ ਦੀ ਹੋ ਜਾਣਗੀਆਂ ਮਹੀਨੇ ਦੀ ਹੋ ਜਾਣਗੀਆਂ ਪਰ ਦੋਸਤੋੜੇ ਪੱਕੇ ਪੇਪਰ ਤਾਂ ਹੋਣਗੇ ਹੀ ਹੋਣਗੇ ਬਾਕੀ ਦੋਸਤੋ ਇਸ ਵੀਡੀਓ ਵਿੱਚ ਆਪਾਂ ਤੁਹਾਡਰ ਨਾਲ ਇਹੀ رائے ਸਾਂਝੀ ਕਰਨੀ ਸੀਗੀ ਛੁੱਟੀਆਂ ਬਾਰੇ ਕਿ ਅੱਜ ਸ਼ਾਮ ਤੱਕ ਕੋਈ ਐਦਾਂ ਨੋਟੀਫਿਕੇਸ਼ਨ ਆਉਂਦਾ ਤਾਂ ਤੁਹਾਡਰ ਨਾਲ ਵੀਡੀਓ ਬਣਾ ਕੇ ਸਾਂਝੀ ਕਰ ਦਵਾਂਗੇ ਚੈਨਲ ਨੂੰ ਕਰਕੇ ਸਬਸਕ੍ਰਾਈਬ ਨਾ ਲੱਗੀ ਬੈਲ ਆਈਕਨ ਔਨ ਕਰਕੇ ਰੱਖ ਲੈਣਾ ਤੇ ਕਮੈਂਟ ਕਰਨਾ ਨਾ ਭੁੱਲਣਾ ਦੋਸਤੋ ਜਿਹਦੇ ਜਿਆਦੇ ਲਾਈਕ ਹੋਣਗੇ ਕਮੈਂਟ ਤੇ ਅਗਲੀ ਵਾਰ ਵੀ ਉਸ ਦਾ ਕਮੈਂਟ ਆਪਾਂ ਸਕਰੀਨਸ਼ਾਟ ਲਗਾਵਾਗੇ ਵੀਡੀਓ ਦੇ ਉੱਪਰ ਇਸ ਕਰਕੇ ਵੱਧ ਤੋਂ ਵੱਧ ਤੁਹਾਡੀ ਰਾਏ ਆਪਾਂ ਨੂੰ ਕਮੈਂਟ ਵਿੱਚ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਨਾਲ ਹੀ ਬੈਲ ਆਈਕਨ ਔਨ ਕਰ ਦਿਓ ਸਬਸਕ੍ਰਾਈਬ ਕਰਕੇ ਜਲਦੀ ਮਿਲਦੇ ਆ नेक्स्ट ਵੀਡੀਓ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਧੰਨਵਾਦ